ਅਸੀਂ ਤਾਂ ਦਿੱਲੀ ਜਾਣਾ ਸਰਕਾਰ ਦੇ ਦਰਬਾਰ 'ਤੇ, ਆਪਣੀਆਂ ਮੰਗਾਂ ਲੈ ਕੇ ਜਾਣਾ ਹੈ। ਸਵਾਮੀਨਾਥਨ ਕਮਿਸ਼ਨ ਦੀ C2 ਫਾਰਮੂਲੇ ਦੇ ਤਹਿਤ ਜਿਹੜੀ ਰਿਪੋਰਟ ਲਾਗੂ ਕਰਾਉਣਾ। ਦਿੱਲੀ ਸੈਂਟਰ ਨੇ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਇੱਕ ਵਾਅਦਾ ਕੀਤਾ ਸੀ MSP ਕਾਨੂੰਨ ਦਾ, ਕਿ ਸਾਰੀਆਂ ਫਸਲਾਂ ਦੇ ਉੱਪਰ MSP ਜਿਹੜਾ ਉਹ ਗਰੰਟਡ ਦੇਵਾਂਗੇ, ਅਤੇ ਅੱਜ ਤੱਕ ਉਹ ਮੰਗ ਉੱਥੇ ਦੀ ਉੱਥੇ ਖੜੀ ਹੈ। ਕਿ ਸਰਕਾਰ ਕਹਿ ਰਹੀ ਹੈ ਕਿ ਫਸਲਾਂ ਦੇ ਵਿੱਚ ਬਦਲਾਅ ਲਿਆਓ, ਖੇਤੀ ਦੇ ਵਿੱਚ ਬਦਲਾਅ ਲਿਆਓ, ਹੋਰ ਫਸਲਾਂ ਨਾਲ ਜੁੜੋ, ਪਰ ਫਸਲਾਂ ਨਾਲ ਕਿਸਾਨ ਤਾਂ ਜੁੜੇਗਾ ਜੇ ਉਹਨੂੰ ਸਾਰੀਆਂ ਫਸਲਾਂ ਦੇ ਉੱਪਰ MSP ਮਿਲੇਗਾ। ਇੱਕ ਸਰਕਾਰ ਨੇ ਨਵਾਂ ਹੋਰ ਲਿਆ ਕੇ ਐਕਸਾਈਜ਼ ਡਿਊਟੀ ਹੈ ਜਿਹੜੀ, ਉਹ ਕਣਕ ਦੇ ਉੱਪਰ ਘਟਾਉਣ ਜਾ ਰਹੀ ਹੈ। ਸਰਕਾਰ ਨੇ 40% ਨੂੰ ਤੋੜ ਦਿੱਤਾ ਹੈ, ਉਹਦੇ ਨਾਲ 800 ਰੁਪਈਆ ਜਿਹੜਾ ਕਣਕ ਦਾ ਰੇਟ ਹੈ ਉਹ ਘਟਣਾ ਹੈ, ਅਤੇ ਇਹਦਾ ਬਹੁਤ ਬੁਰਾ ਅਸਰ ਜਿਹੜਾ ਕਿਸਾਨਾਂ ਦੇ ਉੱਪਰ ਪਵੇਗਾ ਅਗਰ ਇਹ ਚੀਜ਼ ਲਾਗੂ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਅਸੀਂ ਅੱਜ ਖੜ੍ਹੇ ਹਾਂ ਖਨੌਰੀ ਮੂਨਕ ਖਨੌਰੀ ਨਰਵਾਣਾ ਰੋਡ, ਜਿਹੜਾ ਕਿ ਦਿੱਲੀ ਵੱਲ ਨੂੰ ਜਾਂਦਾ ਨੈਸ਼ਨਲ ਹਾਈਵੇ ਆ। ਜਦੋਂ 2020 ਦੇ ਵਿੱਚ ਇੱਥੇ ਸੰਘਰਸ਼ ਚੱਲਿਆ ਸੀ, ਇੱਥੇ ਬੈਰੀਗੇਟਿੰਗ ਕਰਕੇ ਹਰਿਆਣਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਕਿਸਾਨ ਰੁਕੇ, ਦਿੱਲੀ ਪਹੁੰਚ ਹੀ ਗਏ, ਪਰ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ ਤੀਆਂ ਉਹ ਸਾਹਮਣੇ ਆਈਆਂ। ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਦਿਖਾਉਣ ਇੱਕ ਵਾਰ। ਸਾਹਮਣੇ ਬੈਰੀਗੇਟਿੰਗ ਦੇਖੋ, ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਨੂੰ ਰੋਕਣ ਲਈ ਹਰਿਆਣੇ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਹਰਿਆਣਾ ਸਰਕਾਰ ਵੱਲੋਂ, ਉਸੇ ਤਰ੍ਹਾਂ ਇਸ ਵਾਰ ਫਿਰ ਜਦੋਂ 13 ਫਰਵਰੀ ਨੂੰ ਕਿਸਾਨ ਦਿੱਲੀ ਜਾਣਗੇ, ਉਸ ਨੂੰ ਰੋਕਣ ਵਾਸਤੇ ਇਹ ਬੈਰੀਗੇਟਿੰਗ ਕਰ ਦਿੱਤੀ ਗਈ ਹੈ। ਪਰ ਕਿਸਾਨ ਇਸ ਬੈਰੀਗੇਟਿੰਗ ਨੂੰ ਟੱਪਦੇ ਨੇ ਜਾਂ ਇਸ ਜਗ੍ਹਾ 'ਤੇ ਧਰਨਾ ਲਾ ਲਵਾਂਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਇੱਥੋਂ 22 ਕਿਲੋਮੀਟਰ ਨਰਵਾਣਾ ਅਤੇ 62 ਕਿਲੋਮੀਟਰ ਜੀਂਦ, ਪਰ ਜੀਂਦ ਦੇ ਬੈਰੀਗੇਟਿੰਗ ਲਿਆ ਕੇ ਜੀਂਦ ਤੱਕ ਦੇ ਉਰੇ ਲਾ ਦਿੱਤੇ ਨੇ ਵੱਡੇ ਵੱਡੇ ਪੱਥਰ, ਪਰ ਜਦੋਂ ਕਿਸਾਨ ਆਪਦੀ ਆਈ 'ਤੇ ਆਉਂਦੇ ਨੇ ਤਾਂ ਇਹ ਪੱਥਰ ਜਾਂ ਬੈਰੀਗੇਟਿੰਗ ਕਿਸਾਨਾਂ ਨੂੰ ਨਹੀਂ ਰੋਕ ਸਕਦੀ। ਪਰ ਦੇਖਣ ਵਾਲਾ ਸਮਾਂ ਆਊਗਾ ਵੀ ਕੀ ਹਾਲਾਤ, ਕਿਹੋ ਜਿਹੇ ਹਾਲਾਤ ਬਣਦੇ ਨੇ, ਟਕਰਾਓ ਦੀ ਸਥਿਤੀ ਬਣਦੀ ਹੈ ਜਾਂ ਕਿਸਾਨ ਇਸੇ ਜਗ੍ਹਾ ਧਰਨਾ ਲਾ ਕੇ ਬਹਿ ਜਾਂਦੇ ਨੇ। ਸਾਡੇ ਨਾਲ ਕਿਸਾਨ ਆਗੂ ਨੇ, ਬਾਈ ਜੀ, ਭਾਰਤੀ ਕਿਸਾਨ ਜਿਹਨੂੰ ਏਕਤਾ ਸਿੱਧੂਪੁਰ ਵੱਲੋਂ, ਕੀ ਉਹਦਾ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਲਖਵਿੰਦਰ ਸਿੰਘ, ਪਿੰਡ ਡੂੜੀਆਂ, ਬਲਾਕ ਲਹਿਰਾ ਦਾ ਮੈਂ ਆਗੂ ਹਾਂ BK ਜੋ ਸਿੱਧੂਪੁਰ ਦਾ। ਕਿਹੋ ਜਿਹੇ ਹਾਲਾਤ ਰਹਿਣ ਵਾਲੇ ਨੇ, ਕਿਉਂਕਿ ਸਰਕਾਰ ਨੇ ਜਿਵੇਂ ਪਹਿਲਾਂ ਬੈਰੀਗੇਟਿੰਗ ਕਰੀ ਸੀ ਕਿਸਾਨ ਦਿੱਲੀ ਪਹੁੰਚ ਗਏ, ਤੇ ਇਸ ਵਾਰ ਉਰੇ ਧਰਨਾ ਲਾਉਂਗੇ ਜਾਂ ਫਿਰ ਦਿੱਲੀ ਪਹੁੰਚਣਗੇ? ਨਹੀਂ, ਉਰੇ ਧਰਨਾ ਲਾਉਣ ਦਾ ਤਾਂ ਸਾਡਾ ਕੋਈ ਮਕਸਦ ਹੈ ਨਹੀਂ ਗਾ, ਅਸੀਂ ਤਾਂ ਦਿੱਲੀ ਜਾਣਾ ਸਰਕਾਰ ਦੇ ਦਰਬਾਰ 'ਤੇ, ਆਪਣੀਆਂ ਮੰਗਾਂ ਲੈ ਕੇ ਜਾਣਾ ਹੈ। ਸਰਕਾਰ ਨੂੰ ਅਪੀਲ ਹੈ ਮੰਗਾਂ ਉੱਥੇ ਸਾਡੇ ਪਹੁੰਚਣ ਤੋਂ ਪਹਿਲਾਂ ਮੰਨ ਲਵੇ, ਤਾਂ ਸਾਡਾ ਕੋਈ ਜਾਣ ਦਾ ਉੱਥੇ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਅਸੀਂ ਸੰਘਰਸ਼ ਹੀ ਕਰਨਾ, ਸਾਡੀਆਂ ਤਾਂ ਮੰਗਾਂ ਦਾ ਮਤਲਬ ਹੈ, ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਤਾਂ ਅਸੀਂ ਆਪਣਾ ਆਰਾਮ ਨਾਲ ਆਪਣੇ ਘਰ ਅਤੇ ਖੇਤਾਂ ਦੇ ਵਿੱਚ ਕੰਮ ਕਰਾਂਗੇ। ਕਿਹੜੀਆਂ ਕਿਹੜੀਆਂ ਮੰਗਾਂ ਨੇ? ਸੈਂਟਰ ਨੇ ਕਾਲੇ ਕਾਨੂੰਨ ਤਾਂ ਵਾਪਸ ਕਰ ਲਏ, ਤੇ ਹੁਣ ਦਿੱਲੀ ਫਿਰ ਕਿਉਂ? ਦਿੱਲੀ ਸੈਂਟਰ ਨੇ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਇੱਕ ਵਾਅਦਾ ਕੀਤਾ ਸੀ MSP ਕਾਨੂੰਨ ਦਾ, ਕਿ ਸਾਰੀਆਂ ਫਸਲਾਂ ਦੇ ਉੱਪਰ MSP ਜਿਹੜਾ ਉਹ ਗਰੰਟਡ ਦੇਵਾਂਗੇ, ਅਤੇ ਅੱਜ ਤੱਕ ਉਹ ਮੰਗ ਉੱਥੇ ਦੀ ਉੱਥੇ ਖੜੀ ਹੈ। MSP ਹਰ ਇੱਕ ਕਿਸਾਨ ਦੀ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਫਸਲਾਂ ਦੇ ਵਿੱਚ ਬਦਲਾਅ ਲਿਆਓ, ਖੇਤੀ ਦੇ ਵਿੱਚ ਬਦਲਾਅ ਲਿਆਓ, ਹੋਰ ਫਸਲਾਂ ਨਾਲ ਜੁੜੋ, ਪਰ ਫਸਲਾਂ ਨਾਲ ਕਿਸਾਨ ਤਾਂ ਜੁੜੇਗਾ ਜੇ ਉਹਨੂੰ ਸਾਰੀਆਂ ਫਸਲਾਂ ਦੇ ਉੱਪਰ MSP ਮਿਲੇਗਾ। ਅਤੇ ਉਹਦੇ ਨਾਲ ਬਿਜਲੀ ਸੋਧ ਬਿੱਲ 2020 ਹੈ, ਸਵਾਮੀਨਾਥਨ ਕਮਿਸ਼ਨ ਦੀ C2 ਫਾਰਮੂਲੇ ਦੇ ਤਹਿਤ ਜਿਹੜੀ ਰਿਪੋਰਟ ਲਾਗੂ ਕਰਾਉਣਾ।
ਪਰਾਲੀ ਦੇ ਪਰਾਲੀ ਦਾ ਜਿਹੜੇ ਪਰਚੇ ਕਿਸਾਨਾਂ ਦੇ ਹੋਈ ਜਾਂਦੇ ਆ ਹਰ ਸਾਲ, ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ, ਇਸ ਤਰ੍ਹਾਂ ਜਿਹੜੀਆਂ ਮੰਗਾਂ ਕਰਜ਼ਾ ਮੁਕਤੀ ਦੀਆਂ ਹੈਗੀਆਂ, ਇਹ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਮੁੱਖ ਮੰਗਾਂ, ਉਹਨਾਂ ਦੇ ਲਈ ਅਸੀਂ ਦਿੱਲੀ ਜਾ ਰਹੇ ਹਾਂ। ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਸੀ ਜਦੋਂ ਪਹਿਲਾਂ ਦਿੱਲੀ ਗਏ ਸੀ, ਹੁਣ ਆਮ ਆਦਮੀ ਸਰਕਾਰ ਆ, ਕਿਉਂਕਿ ਕੇਜਰੀਵਾਲ ਦਾ ਬਹੁਤ ਰੌਲਾ ਪਾਉਂਦੇ ਸੀ, ਮੈਂ ਕਿਸਾਨ ਹਦੇ ਸੀ ਹਾਂ, ਕਿਹੋ ਜਿਹੀ ਲੱਗਿਆ ਤੁਹਾਨੂੰ ਪੰਜਾਬ 'ਚ ਆਮ ਆਦਮੀ ਸਰਕਾਰ? ਆਮ ਆਦਮੀ ਸਰਕਾਰ ਅਸੀਂ ਆ ਹੁਣੇ ਦੇਖ ਕੇ ਹਟੇ ਹਾਂ, ਜਿਹੜੇ ਸਾਡੇ ਕਿਸਾਨ ਆਗੂਆਂ ਨੂੰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜਿਸ ਦਿਨ ਗਏ ਤਾਂ ਸਰਕਾਰ ਨੇ ਔਡਰ ਕੀਤਾ ਅਤੇ ਪੁਲਿਸ ਨੇ ਚੱਕ ਕੇ ਵੱਖੋ ਵੱਖ ਥਾਣਿਆਂ ਦੇ ਵਿੱਚ ਸਾਨੂੰ ਬੰਦ ਕਰ ਲਿਆ ਸਾਡੇ ਆਗੂਆਂ ਨੂੰ। ਫਿਰ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਹੋਇਆ, ਉਹੀ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਜਿੰਨਾ ਰੋਕਿਆ ਜਾਊਗਾ ਓਨਾ ਹੀ ਹੜ੍ਹ ਵਧਣਾ, ਜਿੰਨਾ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਸਰਕਾਰ ਲੈ ਕੇ ਜਾਊਗੀ ਉਹ ਹੜ੍ਹ ਹੋਰ ਬਹੁਤ ਵੱਡਾ ਉਹਦੇ ਵਿੱਚ ਆਉਣਾ। ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ਾਂਤੀਪੂਰਵਕ ਜਿਵੇਂ ਅਸੀਂ ਦਿੱਲੀ ਜਾਣਾ ਤਾਂ ਸਾਨੂੰ ਰੋਕਿਆ ਨਾ ਜਾਵੇ, ਅਸੀਂ ਜਾਵਾਂਗੇ ਅਤੇ ਆਪਣਾ ਸੰਘਰਸ਼ ਪੂਰੇ ਸ਼ਾਂਤੀਪੂਰਵਕ ਕਰਾਂਗੇ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਲਖੀਮਪੁਰ ਖੀਰੀ ਵਾਲਾ ਬਣਦੇ ਹੋ, MSP ਦਾ ਬਿਜਲੀ ਸੋਲਰ ਬਿੱਲ, ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰ ਰਹੀ, ਵਾਅਦਾ ਕੀਤਾ ਤੁਹਾਡੇ ਨਾਲ? ਦੇਖੋ ਜੀ, ਜਿਹੜਾ ਕਰਜ਼ਾ ਮੁਕਤੀ ਦਾ ਹੈਗਾ ਅਤੇ ਇੱਕ ਸਰਕਾਰ ਨੇ ਨਵਾਂ ਹੋਰ ਲਿਆ ਕੇ ਐਕਸਾਈਜ਼ ਡਿਊਟੀ ਹੈ ਜਿਹੜੀ ਉਹ ਕਣਕ ਦੇ ਉੱਪਰ ਘਟਾਉਣ ਜਾ ਰਹੀ ਹੈ, ਸਰਕਾਰ ਨੇ 40% ਨੂੰ ਤੋੜ ਦਿੱਤਾ ਹੈ, ਉਹਦੇ ਨਾਲ 800 ਰੁਪਈਆ ਜਿਹੜਾ ਕਣਕ ਦਾ ਰੇਟ ਹੈ ਉਹ ਘਟਣਾ ਹੈ ਅਤੇ ਇਹਦਾ ਬਹੁਤ ਬੁਰਾ ਅਸਰ ਜਿਹੜਾ ਕਿਸਾਨਾਂ ਦੇ ਉੱਪਰ ਪਵੇਗਾ ਅਗਰ ਇਹ ਚੀਜ਼ ਲਾਗੂ ਹੁੰਦੀ ਹੈ। ਇਸ ਤਰ੍ਹਾਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਦੇ ਸੰਬੰਧ ਵਿੱਚ ਹੀ ਦਿੱਲੀ ਜਾਵਾਂਗੇ ਅਤੇ ਬਿਜਲੀ ਸੋਧ ਬਿੱਲ 2020 ਜੋ ਕਿ ਬਹੁਤ ਹੀ ਘਾਤਕ ਹੈ, ਚਿੱਪ ਵਾਲੇ ਮੀਟਰ ਪੰਜਾਬ ਦੇ ਵਿੱਚ ਲਾਏ ਜਾ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਰਹੇ ਹਾਂ, ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਕੰਮ ਜਿਹੜਾ ਉਹ ਨਾ ਕੀਤਾ ਜਾਵੇ। ਕੀ ਸਰਕਾਰਾਂ ਕਾਨੂੰਨ ਇਹੋ ਜਿਹੇ ਨਹੀਂ ਬਣਾਉਂਦੀਆਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ, ਜਾਂ ਤੁਹਾਡੀ ਸਮਝ 'ਚ ਆ ਨਹੀਂ ਰਹੇ, ਜਾਂ ਸਰਕਾਰ ਸਮਝਾਉਣ 'ਚ ਨਾਕਾਮ ਰਹੀ ਹੈ? ਨਹੀਂ ਜੀ, ਬਿਲਕੁਲ, ਜੇ ਕਿਤੇ ਧੱਕਾ ਹੁੰਦਾ ਜਿਹੜਾ ਸਹੀ ਕਾਨੂੰਨ ਆ ਉਹ ਸਹੀ ਕਿਹਾ ਜਾਊਗਾ, ਇਹੋ ਜਿਹੀ ਗੱਲ ਨਹੀਂ। ਜੇਕਰ ਸਰਕਾਰ ਕੋਈ ਸਹੀ ਕਾਨੂੰਨ ਬਣਾਉਂਦੀ ਹੈ, ਜਿਵੇਂ ਪਿੱਛੇ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਜਿਹੜਾ ਯੂਰੀਆ ਅਤੇ DAP ਹੈ ਉਹ ਸਟੇਟੀਆਂ ਦੇ ਵਿੱਚ 80% ਕੀਤਾ, ਅਸੀਂ ਸਾਡੀ ਵੀਡੀਓ ਦੇਖੋ, ਅਸੀਂ ਬਕਾਇਦਾ ਸਰਕਾਰ ਦਾ ਧੰਨਵਾਦ ਕੀਤਾ, ਪਰ ਉਹਨੂੰ ਸਹੀ ਉਸੇ ਤਰ੍ਹਾਂ ਲਾਗੂ ਰੱਖੇ। ਅਤੇ ਇੱਕ ਉਦੋਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਉਹਦੇ ਵਿੱਚ ਜਿਹੜੀਆਂ ਸਟੇਟੀਆਂ ਦੇ ਵਿੱਚ ਜਿਹੜੇ ਕਿਸਾਨ ਅੱਜ ਤੱਕ ਨਹੀਂ ਜੁੜੇ, ਸਾਡੀ ਅਪੀਲ ਹੈ ਉਹ ਬੈਂਕਾਂ ਨੂੰ ਕਹੋ ਅਤੇ ਉਹਨਾਂ ਦੇ ਅਕਾਊਂਟ ਜਿਹੜੇ ਹਰ ਕਿਸਾਨ ਦਾ ਉੱਥੇ ਹੋਣਾ ਚਾਹੀਦਾ, ਕਿਉਂਕਿ ਸਾਡੀ ਬਹੁਤ ਵੱਡੀ ਲੁੱਟ ਹੁੰਦੀ ਸੀ ਦੁਕਾਨਾਂ ਦੇ ਉੱਪਰ ਯੂਰੀਆ ਅਤੇ DAP ਦੇ ਵਿੱਚ, ਉਹਦੇ ਵਿੱਚ ਜੇ ਚੰਗੇ ਕੰਮ ਕਰੂਗੀ ਤਾਂ ਅਸੀਂ ਧੰਨਵਾਦ ਕਰਾਂਗੇ। 800 ਰੁਪਈਆ ਕਣਕ ਦਾ ਘਟਣ ਜਾ ਰਿਹਾ, ਕੀ DAP ਜਾਂ ਹੋਰ ਪੈਟੀਸਾਈਡ ਵੀ ਸਸਤੇ ਕਰੇ ਨੇ ਗੌਰਮੈਂਟ ਦੇ, ਜਾਂ ਕਣਕ ਦੀ ਕਟਾਈ ਜਾ ਰਹੀ? ਨਹੀਂ ਜੀ, ਉਹ ਤੁਸੀਂ ਦੇਖਿਆ ਪਿੱਛੇ ਜਿਹੜਾ ਯੂਰੀਏ ਦਾ ਜਿਹੜਾ 45 ਕਿਲੋ ਵੇਟ ਸੀ ਉਹਨੂੰ ਹੁਣ ਇਹਨਾਂ ਨੇ ਸਲਫਰ ਕੋਟਡ ਕਰਕੇ ਉਹ 40 ਕਿਲੋ ਕਰਤਾ ਅਤੇ ਰੇਟ ਉਹਦਾ 5 ਕਿਲੋ ਦੇਖੋ ਘੱਟ ਗਿਆ, ਪਰ ਰੇਟ ਉਹਦਾ ਉਹੀ 266 ਰੁਪਏ ਹੀ ਰੱਖਿਆ। ਇਹ ਸੈਂਟਰ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ। ਪੈਸਟੀਸਾਈਡ ਜਿਹੜੇ ਹੈਗੇ ਬਹੁਤ ਮਹਿੰਗੇ ਹੋ ਗਏ ਹੈ, ਆਮ ਕਿਸਾਨ ਤੋਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਿਆ, ਇੰਨੇ ਰੇਟ ਪੈਸਟੀਸਾਈਡ ਦੇ ਮਹਿੰਗੇ ਹੋ ਗਏ ਅਤੇ GST ਦੇ ਵਿੱਚ ਲਿਆ ਕੇ ਸਭ ਤੋਂ ਵੱਧ ਟੈਕਸ ਹੈ 28% ਦਾ ਜਿਹੜਾ ਉਹ ਪੈਸਟੀਸਾਈਡ ਦੇ ਉੱਪਰ ਹੈ। ਸਰਕਾਰ ਕਿੱਥੇ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ? ਜਿਹੜਾ ਪਹਿਲਾਂ ਸੰਘਰਸ਼ ਸੀ ਦਿੱਲੀ ਵਾਲਾ, ਉਸ ਦੇ ਨਾਲ ਇੱਕ ਪੈਰਲਰ ਸਰਕਾਰ ਕਿਸਾਨਾਂ ਦੀ ਬਣ ਗਈ ਸੀ, ਜੋ ਕਿਸਾਨ ਕਹਿੰਦੇ ਨੇ ਗਲ 'ਤੇ ਗੋਡਾ ਰੱਖ ਕੇ ਸਰਕਾਰ ਨੂੰ ਮਨਾ ਲੈਂਦੇ ਨੇ, ਕੀ ਇਹ ਸੰਘਰਸ਼ ਵੀ ਉਹੋ ਜਿਹੇ ਰੂਪ ਲਊਗਾ ਜਾਂ ਉਦੋਂ ਕੋਈ ਤਿੱਖਾ ਰੂਪ ਲੈਣ ਜਾ ਰਿਹਾ? ਨਹੀਂ, ਮੇਰੇ ਹਿਸਾਬ ਦੇ ਨਾਲ ਤਾਂ ਜੀ ਇਹ ਉਦੋਂ ਵੀ ਤਿੱਖਾ ਜਿਹੜਾ ਰੂਪ ਲੈਣਾ, ਕਿਉਂਕਿ ਪਹਿਲਾਂ
ਇਕੱਲੇ ਪੰਜਾਬ ਦੇ ਕਿਸਾਨ ਇੱਥੋਂ ਚੱਲੇ ਸੀ, ਉਹਦੇ ਨਾਲ ਹਰਿਆਣਾ ਛੋਟਾ ਵੀਰ ਬਣ ਕੇ ਖੜ ਗਿਆ, ਨਾਲ ਰਾਜਸਥਾਨ ਅਤੇ ਯੂਪੀ ਵੱਲੋਂ। ਪਰ ਅੱਜ ਜਿਹੜੀ ਤਿਆਰੀ ਹੈ ਉਹ ਕਰਨਾਟਕਾ, ਕੇਰਲਾ, ਉੜੀਸਾ, ਤਾਮਿਲਨਾਡੂ ਤੱਕ ਸਾਡੇ ਪੰਜਾਬ ਦੇ ਜਿਹੜੇ ਆਗੂ ਹੈ ਉੱਥੇ ਤੱਕ ਜਿਹੜੀਆਂ ਮੀਟਿੰਗਾਂ ਕਰ ਚੁੱਕੇ ਹੈ, ਅਤੇ ਉੱਥੋਂ ਦੇ ਕਿਸਾਨ ਬੜੇ ਹੀ ਉਤਸ਼ਾਹਿਤ ਹੈ ਦਿੱਲੀ ਆਉਣ ਲਈ। ਇਹ ਸਨ ਕਿਸਾਨ ਆਗੂ ਬੀਕੇਜੂ ਸਿੱਧੂਪੁਰ ਦੇ, ਜਿਨ੍ਹਾਂ ਨੇ ਦੱਸਿਆ ਵੀ ਸੰਘਰਸ਼ ਇਸ ਵਾਰ ਪਹਿਲਾਂ ਨਾਲੋਂ ਵੀ ਤਿੱਖਾ ਹੋਣ ਜਾ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਉਣ। ਇੱਧਰ ਖਨੌਰੀ ਆ, ਇੱਥੋਂ 4 ਕਿਲੋਮੀਟਰ ਖਨੌਰੀ ਜਿੱਥੋਂ ਪੰਜਾਬ ਸ਼ੁਰੂ ਹੋ ਜਾਂਦਾ, ਸਾਹਮਣੇ ਬੋਰਡ ਲੱਗਿਆ ਹੋਇਆ। ਇੱਧਰਲੇ ਪਾਸੇ ਜਿੱਥੋਂ ਨਾਕਾ ਤੋੜ ਕੇ ਦਿੱਲੀ ਨੂੰ ਵਧੇ ਸੀ, ਇਹ ਹਰਿਆਣੇ ਦਾ ਬਾਰਡਰ ਆ। 62 ਕਿਲੋਮੀਟਰ ਜੀਂਦ ਅਤੇ 22 ਕਿਲੋਮੀਟਰ ਨਰਵਾਣਾ ਇੱਥੋਂ ਸਾਹਮਣੇ ਦਿਖਦਾ। ਪਰ ਸਰਕਾਰ ਨੇ ਪੁਖਤਾ ਇੰਤਜ਼ਾਮ ਕੀਤੇ ਲੱਗਦੇ ਨੇ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਇੱਥੇ ਹੀ ਰੋਕ ਲੈਂਦੇ ਨੇ ਜਾਂ ਇਹ ਕਿਸਾਨ ਦਿੱਲੀ ਵਰ ਨੂੰ ਕੂਚ ਕਰਨਗੇ। ਕੈਮਰਾਮੈਨ ਸਤਨਾਮ ਦੇ ਨਾਲ ਇਕਬਾਲ ਸਿੰਘ ਫਗੋਲਾ, D5 ਚੈਨਲ ਪੰਜਾਬੀ, ਖਨੌਰੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।